ਅੱਜ ਸਾਨੂੰ 6 ਮਹੀਨੇ ਹੋ ਗਏ 26 ਤਰੀਕ ਨੂੰ ਅਸੀਂ ਇਹ ਪ੍ਰੋਗਰਾਮ ਸ਼ੁਰੂ ਕਰਿਆ ਸੀ 26 ਤਰੀਕ ਆ ਗਈ ਇਹਨੂੰ ਅਸੀਂ ਕਾਲਾ ਦਿਨ ਬਣਾਉਨੇ ਆ ਕਾਲਾ ਦਿਨ ਬਣਾ ਕਾਲਾ ਦਿਨ ਮੰਨਦੇ ਆ 6 ਮਹੀਨੇ ਨਹੀਂ ਵੀ ਸਾਲ ਲੱਗ ਸਕਦਾ ਹੋਣ ਸਾਡੇ ਪੱਕੇ ਮਕਾਨ ਉੱਥੇ ਬਣੇ ਹੋਏ ਆ ਟਰਾਲੀਆਂ ਦਾ ਵੀ ਨਹੀਂ ਸਾਨੂੰ ਕੋਈ ਟਰੈਕਟਰਾਂ ਦਾ ਨਹੀਂ ਪੱਕੇ ਮਕਾਨ ਬਣ ਗਏ ਜੇ ਨਿਭਾਉਣਾ ਸਾਨੂੰ 24 ਤੱਕ ਵੀ ਬਣਨ ਨੂੰ ਤਿਆਰ ਆ ਸੀ ਸਟੇਜਰ ਉਹਨਾਂ ਦੀ ਲੱਗੀ ਵੀ ਐ ਉੱਥੇ ਉਹਨਾਂ ਨੇ ਸਪੈਸ਼ਲ ਆਪਣੇ ਬੈਨਰ ਦੇ ਉੱਤੇ ਇਹ ਲਿਖਿਆ ਹੋਇਆ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਪਹਿਲਾਂ ਜਿਵੇਂ ਮਜ਼ਦੂਰਾਂ ਨੂੰ ਮਸ਼ੀਨੀ ਯੁੱਗ ਲਿਆ ਕੇ ਸਾਨੂੰ ਖੇਤਾਂ 'ਚੋਂ ਬਾਹਰ ਕੀਤਾ ਕੀਤਾ ਸੀਗਾ ਮਜ਼ਦੂਰਾਂ ਨੂੰ ਤੇ ਅੱਜ ਇੱਕ ਜਿਹੜੀ ਇਹ ਸਰਕਾਰ ਹੈ ਇਹ ਤਿੰਨੇ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਖੇਤਾਂ 'ਚੋਂ ਬਾਹਰ ਕਰਨ ਦੀਆਂ ਵਿਵਤਾ ਬਣਾ ਰਹੀ ਹੈ ਕਿਸਾਨੀ ਅੰਦੋਲਨ ਨੂੰ ਤੁਸੀਂ ਹੁਣ ਕਿਵੇਂ ਦੇਖਦੇ ਆ ਸਰਕਾਰ ਅੜੀਲ ਰਵਈਏ ਤੇ ਆ 6 ਮਹੀਨੇ ਹੋ ਗਏ 26 ਜਨਵਰੀ ਤੋਂ ਬਾਅਦ ਤਾਂ ਉਹਨਾਂ ਨੇ ਗੱਲ ਕਰਨੀ ਬੰਦ ਕਰ ਦਿੱਤੀ ਉਹਦਾ ਕਹਿੰਦੇ ਜਦੋਂ ਤੱਕ ਭਾਜਪਾ ਦੀ ਸਰਕਾਰ ਰਹੂਗੀ ਵੀ ਅਸੀਂ ਤਾਂ ਕਾਨੂੰਨ ਉਦੋਂ ਤੱਕ ਨਹੀਂ ਲਾਗੂ ਕਰਦੇ ਹੋਰ ਲਓ मोदी मामा मर गया मोदी मामा मर गी हुया हुया होया मोदी कंजदा करो आपा मोदी मामा मर गया मोदी मामा मर गया ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੋਕਵਾਜੀ ਟੀਵੀ ਤੇ ਮੈਂ ਮਨਿੰਦਰ ਜੀ ਸਿੱਧੂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿਖੇ ਚੱਲ ਰਹੇ ਧਰਨੇ ਨੂੰ ਅੱਜ 6 ਮਹੀਨੇ ਪੂਰੇ ਹੋ ਜਾਣ ਤੇ ਇੱਕ ਪ੍ਰੋਗਰਾਮ ਦਿੱਤਾ ਗਿਆ ਹੈ ਕਿ ਪੰਜਾਬ ਅਤੇ ਦੇਸ਼ ਦੇ ਸਾਰੇ ਸੂਬਿਆਂ ਦੇ ਵਿੱਚ ਕਾਲੇ ਝੰਡੇ ਲਗਾਏ ਜਾਣ ਕੇਂਦਰ ਸਰਕਾਰ ਦੇ ਪੁਤਲੇ ਫੂਕੇਦਾਨ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ 6 ਮਹੀਨੇ ਹੋ ਗਿਆ ਦਿੱਲੀ ਦੇ ਬਾਰਡਰਾਂ ਤੇ ਬੈਠਿਆ ਨੂੰ ਪਰ ਕੇਂਦਰ ਦੀ ਸਰਕਾਰ ਦਾ ਜਿਹੜਾ ਰੁਖ ਹੈ ਉਹ ਬੜਾ ਮਾੜਾ ਹੈ ਉਹ ਆਪਣੀ ਅੜੀ ਵਾਲੇ ਰਵਈਏ ਤੇ ਉੱਤੇ ਖੜੀ ਹੈ ਤੇ ਜਿਸ ਦੇ ਚੱਲਦਿਆਂ ਉਹ ਕਿਸਾਨਾਂ ਨੂੰ ਹਜੇ ਸਖਸਾਨਾਂ ਦੇ ਸਬਰ ਨੂੰ ਪਰਖ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਪੱਖ-ਵੱਖ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਾਲੇ ਝੰਡੇ ਲਗਾ ਕੇ ਨਾਲ ਹੀ ਕੇਂਦਰ ਸਰਕਾਰ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹੈ ਤਾਂ ਅਸੀਂ ਇਸ ਵਕਤ ਖੜੇ ਹਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗੁੰਮਟੀ ਖੁਰਦ ਵਿਖੇ ਜਿੱਥੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਤਸਵੀਰਾਂ ਦਿਖਾ ਦਿੰਨੇ ਆ ਤੁਹਾਨੂੰ ਕਿ ਕਿਸਾਨ ਮਜ਼ਦੂਰ ਔਰਤਾਂ ਬੱਚੇ ਸਾਰੇ ਇਕੱਠੇ ਹੋ ਕੇ ਅੱਜ ਜਿਹੜਾ ਕੇਂਦਰ ਸਰਕਾਰ ਦਾ ਪੁਤਲਾ ਫੂਕਣਾ ਅਤੇ ਨਾਲ ਹੀ ਕੇਂਦਰ ਸਰਕਾਰ ਦਾ ਵਿਰੋਧ ਕਰਨ ਦੇ ਲਈ ਕਾਲੇ ਝੰਡੇ ਹੱਥਾਂ ਵਿੱਚ ਲੈ ਕੇ ਖੜਿਆ ਹੈ ਤਾਂ ਗੱਲਬਾਤ ਕਰਦੇ ਆ ਕਿਸਾਨ ਯੂਨੀਅਨ ਦੇ ਆਗੂ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਕਿਵੇਂ ਲੱਗ ਰਿਹਾ 6 ਮਹੀਨੇ ਹੋ ਗਏ ਅੱਜ ਕਾਲਾ ਦਿਵਸ ਮਨਾਇਆ ਜਾਣਾ ਹੈ ਮੰਨੂਗੀ ਸਰਕਾਰ ਸਰਕਾਰ ਤਾਂ ਜੀ ਜੋ ਮੰਨੇ ਤਾਂ ਇਹ ਨਾ ਮੰਨੇ ਅੱਜ ਸਾਨੂੰ 6 ਮਹੀਨੇ ਹੋ ਗਏ 26 ਤਰੀਕ ਨੂੰ ਅਸੀਂ ਇਹ ਪ੍ਰੋਗਰਾਮ ਸ਼ੁਰੂ ਕਰਿਆ ਸੀ 26 ਤਰੀਕ ਆ ਗਈ ਇਹਨੂੰ ਅਸੀਂ ਕਾਲਾ ਦਿਨ ਬਣਾਉਨੇ ਆ ਕਾਲਾ ਦਿਨ ਬਣਾ ਕਾਲਾ ਦਿਨ ਮੰਨਦੇ ਆ ਕੋ ਸਾਡੇ ਆਸਤੇ ਚੰਗਾ ਨਹੀਂ ਅਸੀਂ ਇਹਨੂੰ ਐ ਸਮਝਾ ਵੀ ਚੰਗਾ ਨਹੀਂ ਚੰਗਾ ਨਹੀਂ ਹਾਂ ਤੁਹਾਨੂੰ ਕੀ ਲੱਗਦਾ ਵੀ ਇੰਨਾ ਲੰਮਾ ਸਮਾਂ ਪਹਿਲਾਂ ਤੁਰਨ ਤੋਂ ਪਹਿਲਾਂ ਵੈਸੇ ਜੱਥੇਬੰਦੀਆਂ ਕਰਦੀਆਂ ਗਈਆਂ ਕਿਸਾਨ ਵੀ ਕਰਦੇ ਗਿਆ ਕਿ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਚੱਲੇ ਆ ਕਿ ਲੱਗਦਾ ਸੀ ਕਿ ਵਾਕਈ 6 ਮਹੀਨੇ ਲੱਗ ਜਾਣਗੇ ਅਸੀਂ ਤਾਂ ਇਹ ਸਾਲ ਕਿਹਾ ਸੀ 6 ਮਹੀਨੇ ਨਹੀਂ ਵੀ ਸਾਲ ਲੱਗ ਸਕਦਾ ਹੁਣ ਸਾਡੇ ਪੱਕੇ ਮਕਾਨ ਉੱਥੇ ਬਣੇ ਹੋਏ ਆ ਟਰਾਲੀਆਂ ਦਾ ਵੀ ਨਹੀਂ ਸਾਨੂੰ ਕੋਈ ਟਰੈਕਟਰਾਂ ਦਾ ਨਹੀਂ ਪੱਕੇ ਮਕਾਨ ਬਣ ਗਏ ਜੇ ਨਿਭਾਉਣਾ ਸਾਨੂੰ 24 ਟਿੱਕਰ ਵੀ ਬਣਨ ਨੂੰ ਤਿਆਰ ਆ ਅਸੀਂ ਹਾਂ ਕਣਕ ਵੀ ਇਕੱਠੀ ਕਰ ਲਈ ਅਸੀਂ ਉੱਥੋਂ ਆਸਤੇ ਵੀ ਜੋ ਵੀ ਜੇ ਸਰਕਾਰ ਸਾਡੇ ਤੇ ਕੋਈ ਡਿੱਕਾ ਪਾਉਂਦੀ ਆ ਰਾਸ਼ਨ ਤੇ ਅਸੀਂ ਕਣਕ ਵੀ ਇਕੱਠੀ ਕਰ ਲਈ ਆ ਲੋਕਾਂ ਦਾ ਵੀ ਸਟੋਰ ਕਰ ਲਿਆ ਕਣਕ ਵੀ ਸਟੋਰ ਕਰ ਲਈ ਉਥੇ ਲਿਜਾਣ ਵਾਸਤੇ ਤੇ ਅਸੀਂ 24 ਤੱਕ ਰਹਿਣ ਨੂੰ ਵੀ ਤਿਆਰ ਆ ਜੇ ਮੋਦੀ ਸਰਕਾਰ ਨਹੀਂ ਮੰਨਦੀ ਵੀ ਸਾਨੂੰ ਭੋਣਾ ਚਾਹੁੰਦੀ ਹੈ ਅਸੀਂ 24 ਤੱਕ ਰਹਿਣ ਨੂੰ ਤਿਆਰ ਆ ਅੱਜ ਦਾ ਇਹ ਦੋ ਵਿਰੋਧ ਪ੍ਰਦਰਸ਼ਨ ਹੈ ਕਾਲੇ ਦਿਨ ਦਾ ਮਨਾਉਣ ਦਾ ਕਾਲੇ ਝੰਡੇ ਲਾਉਣ ਦਾ ਪੁਤਲੇ ਫੂਕਣ ਦਾ ਇਹਦਾ ਪ੍ਰਭਾਵ ਪਵੇਗਾ ਸਰਕਾਰ ਤੇ ਹਾਂਜੀ ਪਵੇਗਾ ਪਊ ਕਿਉਂ ਨਾ ਸਾਰੀਆਂ ਜਥੇਬੰਦੀਆਂ ਇਕੱਠੀਆਂ ਸਾਡੀਆਂ ਮਾਵਾਂ ਭੈਣਾਂ ਸਾਰੇ ਉਧਰ ਨੂੰ ਜਾਣ ਨੂੰ ਤਿਆਰ ਆ ਬਾਰਡਰਾਂ ਤੇ ਬੈਠਣ ਨੂੰ ਤਿਆਰ ਆ ਪਊ ਕਿਉਂ ਨਾ ਪਾਊਗਾ ਜਿਵੇਂ ਦੇ ਹਾਲਾਤ ਚੱਲ ਰਹੇ ਆ ਅਸੀਂ ਦੇਖ ਰਹੇ ਆ ਕਿ ਕਿਤੇ ਕਿਤੇ ਨਾ ਕਿਤੇ ਇੱਕ ਚਲਾਇਆ ਜਾ ਰਿਹਾ ਕਿ 26 ਜਨਵਰੀ ਤੋਂ ਬਾਅਦ 26 ਜਨਵਰੀ ਤੇ ਹੀ ਜਾਵੜ ਗਏ ਉਦੋਂ ਬਾਅਦ ਮੋਰਚੇ ਦੇ ਵਿੱਚ ਲੋਕਾਂ ਦਾ ਜਿਹੜਾ ਇਕੱਠ ਘਟਿਆ ਲੋਕ ਪਿੱਛੇ ਹਟਿਆ ਕੀ ਲੱਗਦਾ ਹੈ ਸੱਚਾਈ ਹੈ ਪਿੰਡਾਂ ਦੀ ਸੱਚਾਈ ਹੈ ਅਸਲ ਵਿੱਚ ਨਹੀਂ ਇਹ ਕੋਈ ਹਾੜੀ ਦੇ ਸੀਜ਼ਨ ਆ ਗਿਆ ਕਰਕੇ ਮਾੜਾ ਮੋਟਾ ਇਕੱਠ ਘਟਿਆ ਮੈਂ ਆਪ ਜਾ ਕੇ ਆਇਆ ਖੁਦ 12 ਤਰੀਕ ਨੂੰ ਮੈਂ ਉੱਥੋਂ ਆਇਆ ਕੋਈ ਇਕੱਠ ਨਹੀਂ ਘਟਿਆ ਸਿਰ ਜਾਂ ਤੇ ਉਨਾ ਹੀ ਇਕੱਠ ਹੈ ਟਿਕਰੀ ਬਾਰਡ ਤੇ ਮੈਂ ਗਿਆ ਸਿੰਘੂ ਵੱਟ ਤੇ ਮੈਂ ਜਾ ਕੇ ਆਇਆ ਕੋਈ ਇਕੱਠ ਨਹੀਂ ਘਟਿਆ ਉੱਥੇ ਹਾਂ ਚੈਨਲ ਵਾਲੇ ਕਈ ਜਾਣ ਕੋਸ਼ ਕਈ ਜਾਣ ਉੱਥੇ ਉੱਥੋਂ ਵਾਲੇ ਪਰ ਕੱਟ ਨਹੀਂ ਘਟਿਆ ਹਾਂ ਨਹੀਂ ਘਟਿਆ ਘੱਟ ਤਾਂ ਸਾਡੇ ਨਾਲ ਮਜ਼ਦੂਰ ਆਗੂ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਲੱਗ ਰਿਹਾ ਕਿਸਾਨ ਮਜ਼ਦੂਰ ਇਕਤਾ ਦਾ ਜਿਹੜਾ ਨਾਰਾ ਦਿੱਤਾ ਜਾਂਦਾ ਸੀ ਜਦੋਂ ਇੱਥੋਂ ਤੁਰੇ ਆ 6 ਮਹੀਨੇ ਪਹਿਲਾਂ ਉਹ ਨਾਰਾ ਅੱਜ ਵੀ ਕਾਇਮ ਹੈ ਉਸੇ ਤਰੀਕੇ ਦੇ ਨਾਲ ਡਟੇ ਹੋਏ ਆ ਦੋਨੇ ਸਾਥੀ ਇੱਕ ਦੂਜੇ ਦੇ ਨਾਲ ਹਾਂ ਬਿਲਕੁਲ ਜਿਵੇਂ ਡਟੇ ਹੋਏ ਆ ਕਿਉਂਕਿ ਕਿਸਾਨਾਂ ਨੇ ਜਿੱਥੇ ਸਟੇਜ ਇਹ ਉਹਨਾਂ ਦੀ ਲੱਗੀ ਵੀ ਹੈ ਉਥੇ ਉਹਨਾਂ ਨੇ ਸਪੈਸ਼ਲ ਆਪਣੇ ਬੈਨਰ ਦੇ ਉੱਤੇ ਇਹ ਲਿਖਿਆ ਹੋਇਆ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਤੇ ਪਹਿਲਾਂ ਵੀ ਆਪਾਂ ਭਾਸ਼ਣਾ ਦੇ ਵਿੱਚ ਵੀ ਅਸੀਂ ਦੱਸ ਕੇ ਦੱਸ ਚੁੱਕੇ ਆਂ ਵੀ ਅਸੀਂ ਗੱਲਾਂ ਕਰਦੇ ਹੁੰਦੇ ਆ ਜਿਹੜਾ ਮਜ਼ਦੂਰ ਕਿਸਾਨ ਦਾ ਨੌ ਮਾਸ ਵਾਲਾ ਰਸਤਾ ਹੈ ਪਹਿਲਾਂ ਖੇਤਾਂ ਦੇ ਵਿੱਚ ਅਸੀਂ ਆਪਾਂ ਜਿਵੇਂ ਇਹਨਾਂ ਨੇ ਵੀ ਪਸੀਨਾ ਡੋਲਿਆ ਅਸੀਂ ਵੀ ਉਹਨਾਂ ਦੇ ਬਰਾਬਰ ਖੂਨ ਡੋਲਿਆ ਤਾਂ ਹੀ ਇੱਥੋਂ ਦੀਆਂ ਜਿਹੜੀਆਂ ਪੈਲੀਆਂ ਨੇ ਉਹਨਾਂ ਨੂੰ ਜਿਹੜੀਆਂ ਡੱਡ ਟਿੱਬੇ ਹੁੰਦੇ ਸੀ ਬੰਜਰ ਪੈਲੀ ਨੂੰ ਅਸੀਂ ਸੁਧਾਰ ਕੇ ਜਿਵੇਂ ਅੱਜ ਉਹ ਖੇਤੀ ਦੇ ਯੋਗ ਬਣਾਇਆ ਇਸ ਕਰਕੇ ਇੱਥੋਂ ਦੀ ਸਰਕਾਰ ਆ ਜਿਹੜੀ ਪਹਿਲਾਂ ਜਿਵੇਂ ਮਜ਼ਦੂਰਾਂ ਨੂੰ ਮਸ਼ੀਨੀ ਯੁੱਗ ਲਿਆ ਕੇ ਸਾਨੂੰ ਖੇਤਾਂ 'ਚੋਂ ਬਾਹਰ ਕੀਤਾ ਕੀਤਾ ਸੀਗਾ ਮਜ਼ਦੂਰਾਂ ਨੂੰ ਤੇ ਅੱਜ ਇੱਕ ਜਿਹੜੀ ਇਹ ਸਰਕਾਰ ਹੈ ਇਹ ਤਿੰਨੇ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਖੇਤਾਂ 'ਚੋਂ ਬਾਹਰ ਕਰਨ ਦੀਆਂ ਵਿਵਤਾ ਬਣਾ ਰਹੀ ਹੈ ਇਸ ਕਰਕੇ ਅੜੀ ਮਜ਼ਦੂਰ ਜਥੇਬੰਦੀ ਜਿਵੇਂ ਇਹ ਪੂਰਾ ਅਸੀਂ ਆਪ ਦੇ ਵੱਲੋਂ ਜੋਰ ਲਾ ਰਹੇ ਆਂ ਵੀ ਸਾਡੀ ਮਜ਼ਦੂਰਾਂ ਕਿਸਾਨਾਂ ਦੀ ਏਕਤਾ ਜਿਹੜੀ ਉਹ ਬਰਕਰਾਰ ਰਹੂਗੀ ਬਰਕਰਾਰ ਰਹੂਗੀ ਮਜ਼ਦੂਰ ਕਿਸਾਨ ਏਕਤਾ ਬਰਕਰਾਰ ਰਹੂਗੀ ਕਿਸਾਨੀ ਅੰਦੋਲਨ ਨੂੰ ਤੁਸੀਂ ਹੁਣ ਕਿਵੇਂ ਦੇਖਦੇ ਆਂ ਸਰਕਾਰ ਅੜੀਅਲ ਰਵਈਏ ਤੇ ਆ 6 ਮਹੀਨੇ ਹੋ ਗਏ 26 ਜਨਵਰੀ ਤੋਂ ਬਾਅਦ ਤਾਂ ਉਹਨਾਂ ਨੇ ਗੱਲ ਕਰਨੀ ਬੰਦ ਕਰ ਦਿੱਤੀ ਪਹਿਲਾਂ ਤਾਂ ਮੀਟਿੰਗਾਂ ਵੀ ਹੁੰਦੀਆਂ ਸੀ ਸਸਪੈਂਸ਼ਨ ਤੱਕ ਵੀ ਲਾਇਆ ਸੀ ਕਿ ਸਸਪੈਂਡ ਕਰ ਦਿੰਦੇ ਆ ਕਾਨੂੰਨ ਪਰ ਹੁਣ ਉਹ ਚੁੱਪ ਬੈਠੀ ਆ ਲੱਗਦਾ ਮੰਨੂਗੀ ਦੇਖੋ ਜੀ ਸਰਕਾਰ ਨੇ ਜਿਵੇਂ ਸਾਫ ਸ਼ਬਦਾਂ ਦੇ ਵਿੱਚ ਕਹਤਾ ਮੀਟਿੰਗਾਂ ਦੇ ਵਿੱਚ ਕਿਹਾ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਹੈ ਉਹਦੇ 'ਚ ਕਿਹਾ ਕਹਿੰਦੇ ਵੀ ਸੋਧਾਂ ਕਾਨੂੰਨਾਂ 'ਚ ਜਿੰਨੀ ਮਰਜ਼ੀ ਕਰਾ ਲਓ ਇਹਦੇ ਵਿੱਚ ਹੈ ਹੀ ਨਹੀਂ ਜਦੋਂ ਕੁਝ ਕੋਈ ਛੱਡਿਆ ਹੀ ਨਹੀਂ ਅਸੀਂ ਕੁਝ ਉਹ ਤਾਂ ਕਹਿੰਦੇ ਜਦੋਂ ਤੱਕ ਭਾਜਪਾ ਦੀ ਸਰਕਾਰ ਰਹੂਗੀ ਵੀ ਅਸੀਂ ਤਾਂ ਕਾਨੂੰਨ ਉਦੋਂ ਤੱਕ ਨਹੀਂ ਲਾਗੂ ਕਰਦੇ ਹੋਰ ਲਓ ਤੇ ਪਰ ਆਪਾਂ ਕਹਿੰਦੇ ਵੀ ਜਦੋਂ ਇਹਨਾਂ ਕਾਨੂੰਨਾਂ ਦੇ ਵਿੱਚ ਹੈ ਹੀ ਨਹੀਂ ਕੁਝ ਫਿਰ ਇਹ ਲੈ ਕੇ ਵੀ ਕਾਦੇ ਵਾਸਤੇ ਆਉਣੇ ਆ ਇਸ ਕਰਕੇ ਜਿੱਥੋਂ ਤੱਕ ਤੁਸੀਂ ਸਾਡੇ ਕਿਸਾਨ ਆਗੂ ਨੂੰ ਵੀ ਗੱਲ ਪੁੱਛੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੋਕਵਾਜ਼ ਟੀਵੀ ਤੇ ਮੈਂ ਮਨਿੰਦਰ ਜੀ ਸਿੱਧੂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿਖੇ ਚੱਲ ਰਹੇ ਧਰਨੇ ਨੂੰ ਅੱਜ 6 ਮਹੀਨੇ ਪੂਰੇ ਹੋ ਜਾਣ ਤੇ ਇੱਕ ਪ੍ਰੋਗਰਾਮ ਦਿੱਤਾ ਗਿਆ ਹੈ ਕਿ ਪੰਜਾਬ ਅਤੇ ਦੇਸ਼ ਦੇ ਸਾਰੇ ਸੂਬਿਆਂ ਦੇ ਵਿੱਚ ਕਾਲੇ ਝੰਡੇ ਲਗਾਏ ਜਾਣ ਕੇਂਦਰ ਸਰਕਾਰ ਦੇ ਪੁਤਲੇ ਫੂਕੇਦਾਨ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ 6 ਮਹੀਨੇ ਹੋ ਗਏ ਦਿੱਲੀ ਦੇ ਬਾਰਡਰਾਂ ਤੇ ਬੈਠਿਆਂ ਨੂੰ ਪਰ ਕੇਂਦਰ ਦੀ ਸਰਕਾਰ ਦਾ ਜਿਹੜਾ ਰੁਖ ਹੈ ਉਹ ਬੜਾ ਮਾੜਾ ਹੈ ਉਹ ਆਪਣੀ ਅੜੀ ਵਾਲ ਰਵਈਏ ਤੇ ਉੱਤੇ ਖੜੀ ਹੈ ਤੇ ਜਿਸ ਦੇ ਚੱਲਦਿਆਂ ਉਹ ਕਿਸਾਨਾਂ ਨੂੰ ਹਜੇ ਕਿਸਾਨਾਂ ਦੇ ਸਬਰ ਨੂੰ ਪਰਖ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਪੱਖ-ਵੱਖ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਾਲੇ ਝੰਡੇ ਲਗਾ ਕੇ ਨਾਲ ਹੀ ਕੇਂਦਰ ਸਰਕਾਰ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹੈ ਤਾਂ ਅਸੀਂ ਇਸ ਵਕਤ ਖੜੇ ਹਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗੁੰਮਟੀਖੁਰਦ ਵਿਖੇ ਜਿੱਥੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਤਸਵੀਰਾਂ ਦਿਖਾ ਦਿੰਨੇ ਆ ਤੁਹਾਨੂੰ ਕਿ ਕਿਸਾਨ ਮਜ਼ਦੂਰ ਔਰਤਾਂ ਬੱਚੇ ਸਾਰੇ ਇਕੱਠੇ ਹੋ ਕੇ ਅੱਜ ਜਿਹੜਾ ਕੇਂਦਰ ਸਰਕਾਰ ਦਾ ਪੁਤਲਾ ਫੂਕਣਾ ਅਤੇ ਨਾਲ ਹੀ ਕੇਂਦਰ ਸਰਕਾਰ ਦਾ ਵਿਰੋਧ ਕਰਨ ਦੇ ਲਈ ਕਾਲੇ ਝੰਡੇ ਹੱਥਾਂ ਵਿੱਚ ਲੈ ਕੇ ਖੜਿਆ ਹੈ ਤਾਂ ਗੱਲਬਾਤ ਕਰਦੇ ਆ ਕਿਸਾਨ ਯੂਨੀਅਨ ਦੇ ਆਗੂ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਕਿਵੇਂ ਲੱਗ ਰਿਹਾ 6 ਮਹੀਨੇ ਹੋ ਗਏ ਅੱਜ ਕਾਲਾ ਦਿਵਸ ਮਨਾਇਆ ਜਾਣਾ ਹੈ ਮੰਨੂਗੀ ਸਰਕਾਰ ਸਰਕਾਰ ਤਾਂ ਜੀ ਜੋ ਮੰਨੇ ਤਾਂ ਇਹ ਨਾ ਮੰਨੇ ਅੱਜ ਸਾਨੂੰ 6 ਮਹੀਨੇ ਹੋ ਗਏ 26 ਤਰੀਕ ਨੂੰ ਅਸੀਂ ਇਹ ਪ੍ਰੋਗਰਾਮ ਸ਼ੁਰੂ ਕਰਿਆ ਸੀ 26 ਤਰੀਕ ਆ ਗਈ ਇਹਨੂੰ ਅਸੀਂ ਕਾਲਾ ਦਿਨ ਮਨਾਉਣੇ ਆ ਕਾਲਾ ਦਿਨ ਮਨਾ ਕਾਲਾ ਦਿਨ ਮੰਨਦੇ ਆ ਕੋ ਸਾਡੇ ਵਾਸਤੇ ਚੰਗਾ ਨਹੀਂ ਅਸੀਂ ਇਹਨੂੰ ਐਂ ਸਮਝਾ ਵੀ ਚੰਗਾ ਨਹੀਂ ਚੰਗਾਨੀ ਹਾਂ ਤੁਹਾਨੂੰ ਕੀ ਲੱਗਦਾ ਵੀ ਇੰਨਾ ਲੰਮਾ ਸਮਾਂ ਪਹਿਲਾਂ ਤੁਰਨ ਤੋਂ ਪਹਿਲਾਂ ਵੈਸੇ ਜੱਥੇਬੰਦੀਆਂ ਕਰਦੀਆਂ ਗਈਆਂ ਕਿਸਾਨ ਵੀ ਕਰਦੇ ਗਿਆ ਕਿ 6-6 ਮਹੀਨੇ ਦਾ ਰਾਸ਼ਨ ਲੈ ਕੇ ਚੱਲਦੇ ਆ ਕਿ ਲੱਗਦਾ ਸੀ ਕਿ ਵਾਕੇ 6 ਮਹੀਨੇ ਲੱਗ ਜਾਣਗੇ ਅਸੀਂ ਤਾਂ ਇਹ ਸਾਲ ਕਿਹਾ ਸੀ 6 ਮਹੀਨੇ ਨਹੀਂ ਵੀ ਸਾਲ ਲੱਗ ਸਕਦਾ ਹੁਣ ਸਾਡੇ ਪੱਕੇ ਮਕਾਨ ਉੱਥੇ ਬਣੇ ਹੋਏ ਆ ਟਰਾਲੀਆਂ ਦਾ ਵੀ ਨਹੀਂ ਸਾਨੂੰ ਕੋਈ ਟਰੈਕਟਰਾਂ ਦਾ ਨਹੀਂ ਪੱਕੇ ਮਕਾਨ ਬਣ ਗਏ ਜੇ ਨਿਭਾਉਣਾ ਸਾਨੂੰ 24 ਟਿੱਕਰ ਵੀ ਬਣਨ ਨੂੰ ਤਿਆਰ ਆ ਅਸੀਂ ਹਾਂ ਕਣਕ ਵੀ ਇਕੱਠੀ ਕਰ ਲਈ ਅਸੀਂ ਉੱਥੋਂ ਆਸਤੇ ਵੀ ਜੋ ਵੀ ਜੇ ਸਰਕਾਰ ਸਾਡੇ ਤੇ ਕੋਈ ਡਿੱਕਾ ਪਾਉਂਦੀ ਆ ਰਾਸ਼ਨ ਤੇ ਅਸੀਂ ਕਣਕ ਵੀ ਇਕੱਠੀ ਕਰ ਲਈ ਆ ਲੋਕਾਂ ਦਾ ਵੀ ਸਟੋਰ ਕਰ ਲਿਆ ਕਣਕ ਵੀ ਸਟੋਰ ਕਰ ਲਈ ਉਥੇ ਲ ਜਾਣ ਵਾਸਤੇ ਤੇ ਅਸੀਂ 24 ਤੱਕ ਰਹਿਣ ਨੂੰ ਵੀ ਤਿਆਰ ਆ ਜੇ ਮੋਦੀ ਸਰਕਾਰ ਨਹੀਂ ਮੰਨਦੀ ਵੀ ਸਾਨੂੰ ਭੋਣਾ ਚਾਹੁੰਦੀ ਐ ਅਸੀਂ 24 ਤੱਕ ਰਹਿਣ ਨੂੰ ਤਿਆਰ ਆ ਅੱਜ ਦਾ ਜਿਹੜਾ ਦੋ ਵਿਰੋਧ ਪ੍ਰਦਰਸ਼ਨ ਹੈ ਕਾਲੇ ਦਿਨ ਦਾ ਮਨਾਉਣ ਦਾ ਕਾਲੇ ਝੰਡੇ ਲਾਉਣ ਦਾ ਪੁਤਲੇ ਫੂਕਣ ਦਾ ਇਹਦਾ ਪ੍ਰਭਾਵ ਪਵੇਗਾ ਸਰਕਾਰ ਤੇ ਹਾਂਜੀ ਪਵੇਗਾ ਪਊ ਕਿਉਂ ਨਾ ਸਾਰੀਆਂ ਜਥੇਬੰਦੀਆਂ ਇਕੱਠੀਆਂ ਸਾਡੀਆਂ ਮਾਵਾਂ ਭੈਣਾਂ ਸਾਰੇ ਉਧਰ ਨੂੰ ਜਾਣ ਨੂੰ ਤਿਆਰ ਆ ਬਾਰਡਰਾਂ ਤੇ ਬੈਣ ਨੂੰ ਤਿਆਰ ਆ ਪਊ ਕਿਉਂ ਨਾ ਪਾਊਗਾ ਜਿਵੇਂ ਦੇ ਹਾਲਾਤ ਚੱਲ ਰਹੇ ਆ ਅਸੀਂ ਦੇਖ ਰਹੇ ਆ ਕਿ ਕਿਤੇ ਕਿਤੇ ਨਾ ਕਿਤੇ ਇੱਕ ਚਲਾਇਆ ਜਾ ਰਿਹਾ ਕਿ 26 ਜਨਵਰੀ ਤੋਂ ਬਾਅਦ 26 ਜਨਵਰੀ ਤੇ ਅਸੀਂ ਜਾਵਦਗੇ ਉਦੋਂ ਬਾਅਦ ਮੋਰਚੇ ਦੇ ਵਿੱਚ ਲੋਕਾਂ ਦਾ ਜਿਹੜਾ ਇਕੱਠ ਘਟਿਆ ਲੋਕ ਪਿੱਛੇ ਹਟਿਆ ਕੀ ਲੱਗਦਾ ਇਹ ਸਚਾਈ ਹੈ ਪਿੰਡਾਂ ਦੀ ਸਚਾਈ ਹੈ ਅਸਲ ਵਿੱਚ ਨਹੀਂ ਇਹ ਕੋਈ ਹਾੜੀ ਦੇ ਸੀਜ਼ਨ ਆ ਗਿਆ ਕਰਕੇ ਮਾੜਾ ਮੋਟਾ ਇਕੱਠ ਘਟਿਆ ਮੈਂ ਆਪ ਜਾ ਕੇ ਆ ਖੁਦ 12 ਤਰੀਕ ਨੂੰ ਮੈਂ ਉੱਥੋਂ ਆਇਆ ਕੋਈ ਇਕੱਠ ਨਹੀਂ ਘਟਿਆ ਸਟੇਜਾਂ ਤੇ ਉਹਨਾਂ ਹੀ ਇਕੱਠ ਹੈ ਟਿਕਰੀ ਵੱਟ ਤੇ ਮੈਂ ਗਿਆ ਸਿੰਘੂ ਵੱਟ ਤੇ ਮੈਂ ਜਾ ਕੇ ਆ ਕੋਈ ਇਕੱਠ ਨਹੀਂ ਘਟਿਆ ਉੱਥੇ ਹਾਂ ਚੈਨਲ ਵਾਲੇ ਕਈ ਜਾਣ ਕੋਸ਼ ਕਈ ਜਾਣ ਉੱਥੇ ਉੱਥੋਂ ਵਾਲੇ ਪਰ ਕੱਟ ਨਹੀਂ ਘਟਿਆ ਹਾਂ ਨਹੀਂ ਘਟਿਆ ਘੱਟ ਤਾਂ ਸਾਡੇ ਨਾਲ ਮਜ਼ਦੂਰ ਆਗੂ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਲੱਗ ਰਿਹਾ ਕਿਸਾਨ ਮਜ਼ਦੂਰ ਇਕਤਾ ਦਾ ਜਿਹੜਾ ਨਾਰਾ ਦਿੱਤਾ ਜਾਂਦਾ ਸੀ ਜਦੋਂ ਇੱਥੋਂ ਤੁਰੇ ਆ 6 ਮਹੀਨੇ ਪਹਿਲਾਂ ਉਹ ਨਾਰਾ ਅੱਜ ਵੀ ਕਾਇਮ ਹੈ ਉਸੇ ਤਰੀਕੇ ਦੇ ਨਾਲ ਡਟੇ ਹੋਏ ਆ ਦੋਨੇ ਸਾਥੀ ਇੱਕ ਦੂਜੇ ਦੇ ਨਾਲ ਹਾਂ ਬਿਲਕੁਲ ਜਿਵੇਂ ਡਟੇ ਹੋਏ ਆ ਕਿਉਂਕਿ ਕਿਸਾਨਾਂ ਨੇ ਜਿੱਥੇ ਸਟੇਜ ਰ ਉਹਨਾਂ ਦੀ ਲੱਗੀ ਵੀ ਹੈ ਉੱਥੇ ਉਹਨਾਂ ਨੇ ਸਪੈਸ਼ਲ ਆਪਣੇ ਬੈਨਰ ਦੇ ਉੱਤੇ ਇਹ ਲਿਖਿਆ ਹੋਇਆ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਤੇ ਪਹਿਲਾਂ ਵੀ ਆਪਾਂ ਭਾਸ਼ਣਾ ਦੇ ਵਿੱਚ ਵੀ ਅਸੀਂ ਦੱਸ ਕੇ ਦੱਸ ਚੁੱਕੇ ਆਂ ਵੀ ਅਸੀਂ ਗੱਲਾਂ ਕਰਦੇ ਹੁੰਦੇ ਆ ਜਿਹੜਾ ਮਜ਼ਦੂਰ ਕਿਸਾਨ ਦਾ ਨੌ ਮਾਸ ਵਾਲਾ ਰਿਸ਼ਤਾ ਹੈ ਪਹਿਲਾਂ ਖੇਤਾਂ ਦੇ ਵਿੱਚ ਅਸੀਂ ਤ ਆਪਣਾ ਜਿਵੇਂ ਇਹਨਾਂ ਨੇ ਵੀ ਪਸੀਨਾ ਡੋਲਿਆ ਅਸੀਂ ਵੀ ਉਹਨਾਂ ਦੇ ਬਰਾਬਰ ਖੂਨ ਡੋਲਿਆ ਤਾਂ ਹੀ ਇੱਥੋਂ ਦੀਆਂ ਜਿਹੜੀਆਂ ਪੈਲੀਆਂ ਨੇ ਉਹਨਾਂ ਨੂੰ ਜਿਹੜੀਆਂ ਡੱਡ ਟਿੱਬੇ ਹੁੰਦੇ ਸੀ ਬੰਜਰ ਪੈਲੀ ਨੂੰ ਅਸੀਂ ਸੁਧਾਰ ਕੇ ਜਿਵੇਂ ਅੱਜ ਉਹ ਖੇਤੀ ਦੇ ਯੋਗ ਬਣਾਇਆ ਇਸ ਕਰਕੇ ਇੱਥੋਂ ਦੀ ਸਰਕਾਰ ਆ ਜਿਹੜੀ ਪਹਿਲਾਂ ਜਿਵੇਂ ਮਜ਼ਦੂਰਾਂ ਨੂੰ ਮਸ਼ੀਨੀ ਯੁੱਗ ਲਿਆ ਕੇ ਸਾਨੂੰ ਖੇਤਾਂ 'ਚੋਂ ਬਾਹਰ ਕੀਤਾ ਕੀਤਾ ਸੀਗਾ ਮਜ਼ਦੂਰਾਂ ਨੂੰ ਤੇ ਅੱਜ ਇੱਕ ਜਿਹੜੀ ਇਹ ਸਰਕਾਰ ਹੈ ਇਹ ਤਿੰਨੇ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਖੇਤਾਂ 'ਚੋਂ ਬਾਹਰ ਕਰਨ ਦੀਆਂ ਵਿਵੰਤਾ ਬਣਾ ਰਹੀ ਹੈ ਇਸ ਕਰਕੇ ਸਾਡੀ ਮਜ਼ਦੂਰ ਜੱਥੇਬੰਦੀ ਜਿਵੇਂ ਇਹ ਪੂਰਾ ਅਸੀਂ ਆਪ ਦੇ ਵੱਲੋਂ ਜੋਰ ਲਾ ਰਹੇ ਆਂ ਵੀ ਸਾਡੀ ਮਜ਼ਦੂਰਾਂ ਕਿਸਾਨਾਂ ਦੀ ਏਕਤਾ ਜਿਹੜੀ ਉਹ ਬਰਕਰਾਰ ਰਹੂਗੀ ਬਰਕਰਾਰ ਰਹੂਗੀ ਹਾਂ ਜੀ ਮਜ਼ਦੂਰ ਕਿਸਾਨ ਏਕਤਾ ਬਰਕਰਾਰ ਰਹੂਗੀ ਕਿਸਾਨੀ ਅੰਦੋਲਨ ਨੂੰ ਤੁਸੀਂ ਹੁਣ ਕਿਵੇਂ ਦੇਖਦੇ ਆਂ ਸਰਕਾਰ ਅੜੇਲ ਰਵਈਏ ਤੇ ਆ 6 ਮਹੀਨੇ ਹੋ ਗਏ 26 ਜਨਵਰੀ ਤੋਂ ਬਾਅਦ ਤਾਂ ਉਹਨਾਂ ਨੇ ਗੱਲ ਕਰਨੀ ਬੰਦ ਕਰ ਦਿੱਤੀ ਪਹਿਲਾਂ ਤਾਂ ਮੀਟਿੰਗਾਂ ਵੀ ਹੁੰਦੀਆਂ ਸੀ ਸਸਪੈਂਸ਼ਨ ਤੱਕ ਵੀ ਲਾਇਆ ਸੀ ਕਿ ਸਸਪੈਂਡ ਕਰ ਦਿੰਦੇ ਆ ਕਾਨੂੰਨ ਪਰ ਹੁਣ ਉਹ ਚੁੱਪ ਬੈਠੀ ਆ ਲੱਗਦਾ ਮੰਨੂਗੀ ਦੇਖੋ ਜੀ ਸਰਕਾਰ ਨੇ ਜਿਵੇਂ ਸਾਫ ਸ਼ਬਦਾਂ ਦੇ ਵਿੱਚ ਕਹੇ ਤਾਂ ਮੀਟਿੰਗਾਂ ਦੇ ਵਿੱਚ ਕਿਹਾ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਹੈ ਉਹਦੇ 'ਚ ਕਿਹਾ ਕਹਿੰਦੇ ਵੀ ਸੋਧਾਂ ਕਾਨੂੰਨਾਂ 'ਚ ਜਿੰਨੀ ਮਰਜ਼ੀ ਕਰਾ ਲਓ ਇਹਦੇ ਵਿੱਚ ਹੈ ਹੀ ਨਹੀਂ ਜਦੋਂ ਕੁਝ ਕੋਈ ਛੱਡਿਆ ਹੀ ਨਹੀਂ ਅਸੀਂ ਕੁਝ ਉਹ ਤਾਂ ਕਹਿੰਦੇ ਜਦੋਂ ਤੱਕ ਭਾਜਪਾ ਦੀ ਸਰਕਾਰ ਰਹੂਗੀ ਵੀ ਅਸੀਂ ਤਾਂ ਕਾਨੂੰਨ ਉਦੋਂ ਤੱਕ ਨਹੀਂ ਲਾਗੂ ਕਰਦੇ ਹੋਰ ਲਓ ਤੇ ਪਰ ਆਪਾਂ ਕਹਿੰਦੇ ਵੀ ਜਦੋਂ ਇਹਨਾਂ ਕਾਨੂੰਨਾਂ ਦੇ ਵਿੱਚ ਹੈ ਹੀ ਨਹੀਂ ਕੁਸ ਫਿਰ ਇਹ ਲੈ ਕੇ ਵੀ ਕਾਦੇ ਵਾਸਤੇ ਆਉਣੇ ਆ ਇਸ ਕਰਕੇ ਜਿੱਥੋਂ ਤੱਕ ਤੁਸੀਂ ਸਾਡੇ ਕਿਸਾਨ ਆਗੂ ਨੂੰ ਵੀ ਗੱਲ ਪੁੱਛੀ ਹੈ